ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਪੰਜਾਬ ਦੇ DCP ਦਾ ਬਿਆਨ ਆਇਆ ਹੈ, ਬਹੁਤ ਹੀ ਮੰਦਭਾਗਿਆ ਬਿਆਨ ਹੈ। ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਖੜੋਤੇ ਹਾਂ ਅਤੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਇੱਥੇ ਸਵਾਈ ਪਿਆਰ ਮੁਹੱਬਤ ਔਰ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਦਰਸ਼ਨਾਂ ਤੋਂ ਸਾਨੂੰ ਕੁਝ ਵੀ ਨਹੀਂ ਮਿਲਿਆ। ਲੰਗਰ ਛਕਿਆ, ਬਹੁਤ ਅੱਛੇ ਪ੍ਰਬੰਧ ਹੈ, ਐਸੀ ਕੋਈ ਗੱਲ ਨਹੀਂ ਹੈ ਇਸ ਅਸਥਾਨ ਦੇ ਉੱਤੇ ਜਿਹੜੀ ਸਾਨੂੰ ਅੱਤਵਾਦੀ ਬਣਾਉਂਦੀ ਹੋਵੇ। ਜੇ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਮੁਸਲਮਾਨ ਅੱਤਵਾਦੀ ਨਹੀਂ ਬਣਦਾ, ਕਟਾਸਰਾਜ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਹਿੰਦੂ ਅੱਤਵਾਦੀ ਨਹੀਂ ਬਣਦਾ, ਯਰੂਸ਼ਲਮ ਦੇ ਦਰਸ਼ਨ ਕਰਕੇ ਵਾਪਸ ਆਪਣੇ ਦੇਸ਼ ਗਏ ਈਸਾਈ ਅੱਤਵਾਦੀ ਨਹੀਂ ਬਣਦੇ। ਅਤੇ ਫਿਰ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਆਪਣੇ ਮੁਲਕ ਵਾਪਸ ਜਾ ਕੇ ਅੱਤਵਾਦੀ ਕਿਵੇਂ ਬਣ ਗਏ? ਜੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਨਾ ਸਾਨੂੰ ਅੱਤਵਾਦੀ ਬਣਾਉਂਦਾ ਹੈ, ਤਾਂ ਫਿਰ ਇਹੋ ਜਿਹੇ ਅੱਤਵਾਦੀ ਗੁਰੂ ਘਰ ਦੇ ਦਰਸ਼ਨ ਕਰਕੇ ਅਸੀਂ 100 ਵਾਰੀ ਬਣਨਾ ਪਸੰਦ ਕਰਾਂਗੇ। ਇਹ ਬਹੁਤ ਹੀ ਮਾੜਾ ਬਿਆਨ ਹੈ। ਭਾਰਤ ਸਰਕਾਰ ਨੂੰ DCP ਦੇ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਨੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਨਹੀਂ ਬਲਕਿ ਉਹਨਾਂ ਲੋਕਾਂ ਦੇ ਮਨਾਂ ਨੂੰ ਵੀ ਠੇਸ ਪਹੁੰਚਾਈ ਹੈ ਜਿਹੜੇ ਅਮਨ ਚਾਹੁੰਦੇ ਆ, ਸ਼ਾਂਤੀ ਚਾਹੁੰਦੇ ਆ। ਇਹ ਇੱਕ ਕਿਸਮ ਦਾ ਬਹੁਤ ਹੀ ਬੇਤੁਕਾ, ਨਿਖੇਧੀ ਭਰਪੂਰ ਜਿਹੜਾ ਇਹ ਬਿਆਨ ਹੈ, ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਭਾਰਤ ਸਰਕਾਰ ਨੂੰ ਅਤੇ ਕਾਰਵਾਈ ਜਿਹੜੀ ਹੈ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਹੈ। ਅਸੀਂ 3 ਦਿਨ ਤੋਂ 4 ਦਿਨ ਤੋਂ ਪਾਕਿਸਤਾਨ ਦੇ ਅੰਦਰ ਹੈ, ਪੰਜਾ ਸਾਹਿਬ ਜਾ ਕੇ ਆਏ ਹਾਂ, ਨਨਕਾਣਾ ਸਾਹਿਬ ਜਾ ਕੇ ਆਏ ਹਾਂ, ਡੇਰਾ ਸਾਹਿਬ ਜਾ ਕੇ ਆਏ ਹਾਂ, ਸੱਚਾ ਸੌਦਾ ਜਾ ਕੇ ਆਏ ਹਾਂ। ਸਾਨੂੰ ਤਾਂ ਇੱਥੇ ਸਿਰਫ ਪਿਆਰ ਮੁਹੱਬਤ ਅਤੇ ਸਥਾਨਕ ਲੋਕਾਂ ਦਾ ਸਨੇਹ ਮਿਲਿਆ, ਇਸ ਕਰਕੇ ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰੋ, ਆਪਣੇ ਬੱਚਿਆਂ ਨੂੰ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।